ਦੁੱਧ ਪਾਉਣ ਜਾ ਰਹੇ ਇੱਕ ਦੋਧੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਨਾਰ ਦੇ ਪਿੰਡ ਦੇ ਵਿੱਚ ਹੀ ਜਦੋਂ ਉਹ ਦੁੱਧ ਪਾਉਣ ਦੇ ਲਈ ਗਿਆ ਤਾਂ ਰਾਹ ਦੇ ਵਿੱਚ ਉਹਨੂੰ ਘੇਰਿਆ ਜਾਂਦਾ ਹੈ ਅਤੇ ਘੇਰ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇੱਕ ਗੋਲੀ ਉਸਦੇ ਕੰਨ ਦੇ ਵਿੱਚੋਂ ਆਰ ਪਾਰ ਹੋ ਗਈ ਹੈ ਜਦਕਿ ਕਈ ਗੋਲੀਆਂ ਉਸਦੇ ਪੇਟ ਦੇ ਵਿੱਚ ਲੱਗੀਆਂ ਨੇ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬੀਤੀ ਸ਼ਾਮ ਨੂੰ ਜਦੋਂ ਇੱਕ ਦੋਧੀ ਨਾਲ ਦੇ ਪਿੰਡ ਦੇ ਵਿੱਚ ਦੁੱਧ ਪਾਉਣ ਦੇ ਲਈ ਜਾ ਰਿਹਾ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਤਾਂ ਰਸਤੇ ਦੇ ਵਿੱਚ ਉਸਨੂੰ ਘੇਰਿਆ ਜਾਂਦਾ ਹੈ। ਘੇਰ ਕੇ ਉਸਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸ ਦਈਏ ਕਿ ਬਰਸਾਤ ਜ਼ਿਆਦਾ ਹੋ ਰਹੀ ਸੀ ਜਿਸ ਦੇ ਕਾਰਨ ਉਸ ਦੋਧੀ ਦੇ ਵੱਲੋਂ ਬਾਈਕ ਦੀ ਥਾਂ ਦੇ ਉੱਤੇ ਆਪਣੀ ਕਾਰ ਲੈ ਕੇ ਦੁੱਧ ਪਾਉਣ ਦੇ ਲਈ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਨੂੰ ਘੇਰ ਲਿਆ ਜਾਂਦਾ ਅਤੇ ਘੇਰ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਿੰਡ ਦੇ ਵਿੱਚ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਵੀ ਚੱਲੀ ਆ ਰਹੀ ਹੈ ਅਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਇਸਦਾ ਕਤਲ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤਾਂ ਉੱਥੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਸ਼ਾਮ ਨੂੰ ਇੱਕ ਦੋਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦ ਉਹ ਦੁੱਧ ਪਾਉਣ ਦੇ ਲਈ ਨਾਲ ਦੇ ਪਿੰਡ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਕਈ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇੱਕ ਵਿਅਕਤੀ ਪਿੰਡ ਦੀ ਸੜਕ ਤੋਂ ਨਿਕਲ ਰਿਹਾ ਸੀ ਅਤੇ ਕਾਰ ਦੇ ਵਿੱਚ ਉਸਨੇ ਜਦੋਂ ਦੇਖਿਆ ਕਿ ਇੱਕ ਵਿਅਕਤੀ ਸੁੱਤਾ ਪਿਆ ਤਾਂ ਜਦੋਂ ਉਸਦੇ ਕੋਲ ਜਾ ਕੇ ਵੇਖਿਆ ਤਾਂ ਉਸਦੇ ਖੂਨ ਨਿਕਲ ਰਿਹਾ ਸੀ। ਤਾਂ ਜਿਸ ਤੋਂ ਬਾਅਦ ਉਸਨੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ, ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਉਦੋਂ ਸਾਰਾ ਮਾਮਲਾ ਇਹ ਸਾਫ਼ ਹੁੰਦਾ। ਤਾਂ ਗੱਡੀ ਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਨੇ, ਕਈ ਫਾਇਰ ਜੋ ਨੇ ਉਹ ਕੀਤੇ ਗਏ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਦੋਧੀ ਜੋ ਕਿ ਦੁੱਧ ਪਾਉਣ ਦੇ ਲਈ ਘਰੋਂ ਤੁਰਿਆ ਸੀ ਨਾਲ ਦੇ ਪਿੰਡ ਦੇ ਵਿੱਚ ਤਾਂ ਰਾਹ ਦੇ ਵਿੱਚ ਉਸਨੂੰ ਘੇਰ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਿੰਡੋ ਜੀ ਦੁੱਧ ਪਾਉਣ ਆਇਆ ਤਲਾਵੇਂ ਅਤੇ ਵਾਕਿਆ ਇੱਥੇ ਹੋਇਆ ਵਾ। ਤੁਹਾਡਾ ਕੀ ਲੱਗਦਾ? ਮੇਰਾ ਲੜਕਾ ਕਿੰਨੀ ਉਮਰ ਸੀ? ਇਹ 35 ਤੋਂ 40 ਹੋਊ। ਕੋਈ ਰੰਜਿਸ਼ ਤਾਂ ਲੱਗਦਾ? ਹਾਂਜੀ। ਕੀ ਮੰਗ ਕਰਦੇ ਸਰਕਾਰ ਪ੍ਰਸ਼ਾਸਨ? ਮੰਗ ਵੀ ਜੋ ਹੁਣ ਉਹ ਕੇਸ ਹੋ ਗਿਆ ਉਹ ਜਿਹੜਾ ਵਾ ਵੀ ਉਹ ਕੇਸ ਦੀ ਘੋਖ ਵੀ ਕਰਨੀ ਆ ਜਿਹੜੇ ਬੰਦੇ ਉਹਨਾਂ 'ਤੇ ਕੇਸ ਪਾਉਣਾ ਵਾ। ਇਸ ਮਸਲੇ 'ਤੇ ਪਹਿਲਾਂ ਵੀ ਕਦੀ ਕੋਈ ਇੱਦਾਂ ਦੀ ਗੱਲਬਾਤ ਹੋਈ? ਨਾ, ਕਦੀ ਨਹੀਂ ਹੋਈ। ਕੋਈ ਧਮਕੀ ਕਿਸੇ ਦੀ ਜਾਂ ਕੋਈ ਵੀ? ਨਾ, ਕੁਛ ਨਹੀਂ ਹੋਇਆ ਵੀ, ਰੰਜਿਸ਼ ਹੈਗੀ ਸੀ। ਸ਼ੱਕ ਹੈ ਕਿਸੇ 'ਤੇ? ਹਾਂਜੀ। ਅਤੇ ਕਿਸ ਤਰ੍ਹਾਂ ਹੋਈ, ਕਿਸ ਤਰ੍ਹਾਂ ਘਟਨਾ, ਕਿਸ ਤਰ੍ਹਾਂ ਹੋਈ ਦੱਸੋ। ਘਟਨਾ ਜੀ, ਪਿੰਡੋਂ ਦੁੱਧ ਪਾਉਣ ਧਾਰੜਾਂ ਤੋਂ ਤਲਾਵੇਂ ਪਾਉਣ ਆਇਆ। ਅੱਛਾ ਜੀ। ਅਤੇ ਇੱਥੇ ਰਾਹ 'ਚ ਉਹਨੂੰ ਘੇਰਿਆ ਗਿਆ ਜਾਂ ਡੱਕਿਆ ਗਿਆ, ਇੱਥੇ ਉਹਨਾਂ ਗੋਲੀਆਂ ਮਾਰਤੀਆਂ। ਸਾਨੂੰ ਬਾਅਦ ਦੇ ਵਿੱਚ ਪਿੰਡ ਸੁਣਾ ਗਿਆ ਵਾ, ਬੰਦਾ ਉਹ ਤਲਾਵੇਂ ਦੇ ਵਿੱਚ ਸਾਨੂੰ ਜਾਣਦੇ ਸੀਗੇ, ਉਹਨਾਂ ਵੇਖਿਆ ਵੀ ਗੱਡੀ ਵੀ ਖਲੋਤੀ ਆ ਅਤੇ ਵੀ ਲਾਗੋਂ ਦੀ ਰੋਕ ਕੇ ਲੰਘਾਈ ਉਹਨਾਂ ਨੇ, ਅਤੇ ਵੇਖਿਆ ਵੀ ਬੰਦਾ ਵਿੱਚ ਲੰਮਾ ਪਿਆ ਵਾ। ਉਹ ਆਉਂਦੇ ਵੀ ਅਸੀਂ ਸਮਝਿਆ ਕਿਸੇ ਨੂੰ ਅਟੈਕ ਨਾ ਹੋਇਆ ਹੋਵੇ, ਅਤੇ ਜਾਂ ਉਹਨਾਂ ਵੇਖਿਆ ਤਾਂ ਉਹ ਵੀ ਜਾਣਦੇ ਸੀਗੇ ਮੇਰੇ ਲੜਕੇ ਨੂੰ। ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ, ਉੱਧਰੋਂ ਸਾਨੂੰ ਫੋਨ ਆਇਆ ਵਾ ਅਤੇ ਅਸੀਂ ਅਜੇ ਵੀ ਤਿਆਰ ਹੋਣ ਡਏ ਹਾਂ ਵੀ ਆਉਂਦੇ ਵੀ ਗੋਲੀ ਵੱਜੀ ਆ ਕੁਲਵੀਰ ਦੇ, ਅਤੇ ਉਹ ਗੋਲੀ ਵੱਜੀ ਜਿਹੜੀ ਸੀਗੀ ਉਹ ਫਿਰ ਵੀ ਅਸੀਂ ਆਖਿਆ ਵੀ ਘਰੋਂ ਗੱਡੀ ਲੈ ਚੱਲੀਏ ਅਤੇ ਪਾ ਕੇ ਅਤੇ ਉਹਨੂੰ ਅੰਮ੍ਰਿਤਸਰ ਲੈ ਜਾਵਾਂਗੇ, ਅਤੇ ਉਹ ਆਣ ਕੇ ਵੇਖਿਆ ਤਾਂ ਖਤਮ ਹੋਇਆ। ਕਿੰਨੀਆਂ ਗੋਲੀਆਂ ਵੱਜੀਆਂ? ਗੋਲੀ ਇੱਕ ਕੰਨ 'ਚ ਵੱਜੀ ਆ, ਇਹ ਦੋ ਇੱਥੇ ਪੇਟ 'ਚ ਵੱਜੀਆਂ ਵਾ, ਇੱਕ ਵੱਜੀ ਆ ਅਤੇ ਹੋਰ ਇੱਥੇ ਬਾਂਹ 'ਤੇ ਆ, ਗੱਡੀ ਦੇ ਵੱਜੀ ਆ।
ਕੁਛ ਨੀ ਪਤਾ ਜੀ ਸਾਨੂੰ, ਇਹ ਵੀ ਨੀ ਕੋਈ ਪਤਾ। ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ? ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ? ਹਾਂ ਪੁਲਿਸ ਤੇ ਆਈ ਆ ਜੀ, ਹਾਜ਼ਰ ਆ ਮੌਕੇ ਤੇ ਆ ਗਏ। ਹਾਂਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸ ਵੇਲੇ। ਮੈਨੂੰ ਫੋਨ ਤੇ ਤਲਾਹ ਮਿਲੀ ਆ ਵੀ ਇੱਥੇ ਹੋਇਆ ਕੋਈ, ਇਹ ਮੁੰਡਾ ਪੁਰਾਣਾ ਮੇਰਾ ਜਾਣੂ ਸੀ ਤੇ ਅੱਜ ਤੋਂ ਕਾਫੀ ਸਾਲ ਪਹਿਲੋਂ, 5-7 ਸਾਲ ਪਹਿਲੋਂ ਅਸੀਂ ਚੰਗਾ ਰਿਲੇਸ਼ਨ ਸੀ ਸਾਡਾ ਤੇ ਨੋਨ ਬੰਦਾ ਸੀ ਮੇਰਾ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਨਾ ਗੱਲਬਾਤ ਹੋਈ ਹੈ। ਮੇਰੇ ਪਿੰਡ ਦਾ ਮੁੰਡਾ ਵਾ ਮਨਮੋਹਨ ਸਿੰਘ, ਆਮ ਆਦਮੀ ਪਾਰਟੀ ਦਾ ਚੰਗਾ ਮੁੰਡਾ ਹੈਗਾ ਉਹ ਜਗਮੋਹਨ ਸਿੰਘ ਮੇਰਾ ਕਲਾਸਮੇਟ ਆ। ਉਹਨੇ ਮੈਨੂੰ ਫੋਨ ਕਰ ਦੱਸਿਆ ਵੀ ਆਹ ਗੱਲਬਾਤ ਹੋ ਗਈ ਅਤੇ ਮੇਰੇ ਲਿੰਕ 'ਚ ਹੀ ਇਹ ਮੇਰੇ ਕੋਲ ਘਰ ਦਾ ਨੰਬਰ ਤਾਂ ਹੈ ਨਹੀਂ ਸੀ ਅਤੇ ਮੇਰੇ ਕੋਲ ਗੁਰਮੇਜ ਭਾਈ ਦਾ ਨੰਬਰ ਹੈਗਾ ਸੀ, ਮੇਰੇ ਆੜ੍ਹਤੀ ਹੈ ਉਹ। ਮੈਂ ਉਹਨਾਂ ਦੱਸਿਆ ਵੀ ਭਾਅ ਜੀ ਆਹ ਗੱਲਬਾਤ ਹੋ ਗਈ ਆ, ਇਹਨਾਂ ਫਿਰ ਉਹਦੇ ਘਰ ਫੋਨ ਕੀਤਾ ਅਤੇ ਇਹਨਾਂ ਉਹਨਾਂ ਘਰ ਸਲਾਹ ਦਿੱਤੀ। ਫਿਰ 7 ਵਜੇ ਲੱਗ ਪੈਂਦੇ ਗੱਲ ਹੈ ਜੇ ਤੁਹਾਨੂੰ ਪਤਾ ਲੱਗਿਆ ਉਦੋਂ ਇਹ ਮਤਲਬ ਡੈਥ ਹੋ ਚੁੱਕੀ ਸੀ ਆ ਸਰ? ਇਹ ਡਾਕਟਰ ਦੱਸਦਾ ਸੀ ਕੀ ਦੱਸਦੇ ਹੋਇਆ ਕੀ ਜੀ, ਵੈਸੇ ਕਿੱਧਰੋਂ ਆ ਰਹੇ ਸੀ, ਕਿੱਦਾਂ ਕੀ ਕਰ? ਇਹ ਗੱਡੀ ਦੀ ਲੋਕੇਸ਼ਨ ਵੇਖ ਲਓ ਤੁਸੀਂ, ਇਹ ਪਿੰਡੋਂ ਦੋ ਦਿਨ ਆਉਂਦੇ ਰੋਜ਼ ਹੀ ਪਿੰਡ ਜੀ, ਅੱਗੇ ਤਾਂ ਮੋਟਰਸਾਈਕਲ 'ਤੇ ਆਉਂਦੇ ਸੀ, ਅੱਜ ਕਾਰ 'ਤੇ ਸੀ ਅਤੇ ਕਿਸੇ ਨੇ ਪਤਾ ਨਹੀਂ ਕੀ ਉਹਨੇ ਰੰਜਿਸ਼ ਸੀ ਕੀ ਹੈ ਅਤੇ ਮੈਂ ਕਿਹਾ ਵਾ ਕੋਈ ਦਾ ਵਿਸ਼ਾ ਵਾ ਜੀ। ਹਾਂ ਇਹਦੇ ਬਾਰੇ ਕਹਿ ਨਹੀਂ ਸਕਦੇ ਕੁਝ ਵੀ, ਪਰ ਮੁੰਡਾ ਚੰਗਾ ਸੀ, ਚੰਗੇ ਸੁਭਾਅ ਦਾ ਮੁੰਡਾ ਸੀ, ਮਿਲਵਰਤਨ ਵਾਲਾ ਮੁੰਡਾ ਸੀ, ਸਾਡੇ ਨਾਲ ਚੰਗੀ ਗੱਲ ਗਈ ਸੀ। ਇਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਵੀ ਗੱਲ ਕੀ ਅਸਲੀ ਘਟਨਾ ਗਈ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਇਹ ਪਿੰਡ ਧਾਰੜ ਦਾ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ, ਦੁੱਧ ਦਾ ਕੰਮ ਕਰਦੇ ਆ ਇਹ। ਇਹ ਸ਼ਾਮੀ 6:15 ਵਜੇ ਘਰੋਂ, ਅੱਜ ਮੀਂਹ ਜ਼ਿਆਦਾ ਪੈ ਰਿਹਾ ਸੀ, ਆਪਣੀ ਹੋਂਡਾ ਇਮੇਜ 'ਤੇ ਦੁੱਧ ਦੇਣ ਗਿਆ ਸੀ ਤਲਾਵੇਂ। ਤਲਾਵੇਂ ਦੁੱਧ ਦੇ ਕੇ 7 ਵਜੇ ਉੱਥੇ ਪੂਰੇ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ। ਤਾਂ ਇਹ ਜਿਹੜੀ ਮੋਟਰ ਹੈਗੀ ਹੈ ਇਹਦੇ 'ਤੇ ਜੋ ਨਿਸ਼ਾਨ ਤੋਂ ਲੱਗ ਰਿਹਾ ਗੱਡੀ ਦੇ, ਉਹਦੇ ਸਾਈਡ 'ਤੇ ਇੱਕ ਗੱਡੀ ਖੜ੍ਹੀ ਲੱਗਦੀ ਹੈ। ਉਹਨਾਂ ਨੇ ਅੱਗੇ ਗੱਡੀ ਕਰਕੇ ਰੋਕ ਕੇ ਅਤੇ ਫਾਇਰਿੰਗ ਕਰਕੇ ਉਹਦੀ ਡੈਥ ਕਰ ਦਿੱਤੀ। ਕਾਰਨ ਦਾ ਪਤਾ ਲੱਗਾ ਜੀ? ਕਾਰਨ ਹਾਂਜੀ, ਉਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਹੈ, ਇਹਨਾਂ ਦਾ ਘਰੇਲੂ ਹੀ ਰੰਜਿਸ਼ ਹੀ ਆ ਪਿੰਡ ਦੇ ਵਿੱਚ ਹੀ, ਉਹਦੇ ਕਾਰਨ ਹੀ ਇਹ ਗੱਲ ਹੋਈ ਹੈ। ਕਾਰਵਾਈ ਉਹਨਾਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਜੀ, ਬੋਡੀ ਜਿਹੜੀ ਅਸੀਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਤੀ ਆ। ਸਰ ਜਿੰਨੇ ਫਾਇਰਿੰਗ 'ਤੇ ਕਿੰਨੇ ਬੰਦੇ ਕੁਛ ਹੈ ਪਤਾ ਲੱਗਾ? ਅਜੇ ਇਹਦਾ ਨਹੀਂ ਕੁਛ ਨਹੀਂ ਕਿਹਾ ਜਾ ਸਕਦਾ, ਪਰ ਉਹ ਅਸੀਂ ਹੁਣ ਕੈਮਰੇ ਸਾਈਡਾਂ 'ਤੇ ਹੈਗੇ ਜਿਹੜੇ ਉਹ ਖੰਗਾਲ ਰਹੇ ਹਾਂ, ਟੀਮਾਂ ਲਾ ਦਿੱਤੀਆਂ, ਉਹ ਤੋਂ ਪਤਾ ਲੱਗੂਗਾ। ਕਿੰਨੇ ਕੁ ਫਾਇਰ ਹੋਏ? ਇਹ 3 ਦਾ ਤਾਂ ਸਾਨੂੰ ਲੱਗ ਰਿਹਾ, 3 ਤਾਂ ਗੋਲੀਆਂ ਉਹਦੇ ਲੱਗੀਆਂ, ਬਾਕੀ ਅਜੇ ਹੁਣ ਸਰਚ ਕਰਾਂਗੇ ਸਾਰੀ। ਅਤੇ ਮੌਕੇ 'ਤੇ ਹੀ ਡੈਥ ਹੋ ਗਈ ਕਿ? ਹਾਂਜੀ ਮੌਕੇ 'ਤੇ ਡੈਥ ਹੋ ਗਈ। ਮੁੱਢਲੀ ਤਫਤੀਸ਼ ਤੋਂ ਕਿਦਾਂ ਲੱਗਾ? ਮੁੱਢਲੀ ਤਫਤੀਸ਼ ਤੋਂ ਇਹੀ ਗੱਲ ਲੱਗ ਰਹੀ ਹੈ ਵੀ ਪਿੰਡ ਦੀ ਰੰਜਿਸ਼ ਆ ਇਹਨਾਂ ਦੀ 10-15 ਸਾਲ ਪਹਿਲਾਂ ਦੀ, ਹੋਰ ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਵੀ ਕੋਈ ਸਾਡੇ ਕਿਸੇ ਨਾਲ ਰੰਜਿਸ਼ ਨਹੀਂ, ਉਹ ਕੋਈ 1-2 ਬੰਦੇ ਹੈਗੇ ਜਿਹੜੇ ਇਹਨਾਂ ਨਾਲ ਰੰਜਿਸ਼ ਰੱਖਦੇ ਸੀ, ਅਤੇ ਉਹਨਾਂ ਦੇ ਹੀ ਇਹ ਕੰਮ ਆ ਸਾਰਾ।